ਮਨਸੂਰ ਜੇ ਤੁਸੀਂ ਵੀਰੋ ਕਦੇ ਜੇ ਨੈਟ ਤੇ ਮਨਸੂਰ ਭਰੋਗੇ ਕਦੇ ਤੇ ਉਹਦੇ ਬਾਰੇ ਜਾਣਕਾਰੀ ਲੈਣੀ ਜਿਹੜੇ ਪੁਜਾਰੀ ਤਬਕਾ ਅੱਜ ਵੀ ਮਨਸੂਰ ਨੂੰ ਗਲਤ ਕਹਿੰਦਾ ਹੈ ਉਹ ਕਹਿੰਦਾ ਸੀ ਮੈਂ ਰੱਬ ਦਾ ਮਨਸੂਰ ਗਲਤ ਸੀ ਪਰ ਸੂਫੀ ਸੰਤ ਜਿਹੜਾ ਸੀ ਨਾ ਮਨਸੂਰ ਸੂਫੀ ਸੀ ਫਕੀਰ ਸੀ ਇਹ 898 ਈਸਵੀ ਦੇ ਨੇੜੇ ਤੇੜੇ ਹੋਇਆ ਬਰਥਡੇ ਦਾ 898 ਈਸਵੀ ਕਿੰਨਾ ਲੰਮਾ ਟਾਈਮ ਪਹਿਲਾਂ ਹੋਇਆ ਤੇ ਉਹ ਫਕੀਰ ਨੇ ਉਸ ਬੰਦੇ ਨੇ ਇਹ ਗੱਲ ਕਹੀ ਸੀ ਅਨਹਲ ਹੱਕ ਅਨਹਲ ਹੱਕ ਮੈਂ ਰੱਬ ਹਾਂ ਜਿਹੜੇ ਦੋ ਫਿਰਕੇ ਨੇ ਉਹਨਾਂ ਦੇ ਵਿੱਚ ਵੀ ਇੱਕ ਐਨਲ ਹੱਕ ਕਹਿੰਦੇ ਨੇ ਮੈਂ ਰੱਬ ਵੇਖਿਆ ਐਨਲ ਮੈਂ ਵੇਖਿਆ ਅਨਲ ਹੱਕ ਮੈਂ ਰੱਬ ਹੁਣ ਜੇ ਤੁਸੀਂ ਸੋਚੋ ਮੈਨੂੰ ਤੁਸੀਂ ਜਵਾਬ ਦਿਓ ਪੱਤਾ ਦਰਖਤ ਹੈ ਕਿ ਨਹੀਂ ਹੈ ਗੱਜ ਕੇ ਕਿਰਨ ਸੂਰਜ ਹੈ ਕਿ ਨਹੀਂ ਹੈ ਪਾਣੀ ਦੀ ਲਹਿਰ ਪਾਣੀ ਹੈ ਕਿ ਨਹੀਂ ਹੈ ਹੈ ਨਾ ਤੇ ਬੰਦਾ ਰੱਬ ਹੈ ਕਿ ਨਹੀਂ ਹੈ ਹੈ ਜਦੋਂ ਸਾਰੀ ਇੱਕੋ ਹੀ ਕਨੈਕਟ ਹੈ ਇੱਕੋ ਹੀ ਸ਼ਕਤੀ ਹੈ ਇੱਕੋ ਹੀ એનર્ਜੀ ਹੈ એનર્ਜੀ ਰੀਸਾਈਕਲ ਹੋ ਰਹੀ ਹੈ ਹੈ ਬੰਦਾ ਰੱਬ ਦਾ ਰੂਪ ਹੈ ਸਾਰੇ ਹੀ ਰੱਬ ਸਾਰਾ ਕੁਝ ਰੱਬ ਹੈ ਤੇ ਮੈਂ ਉਹਦੇ ਵਿੱਚ ਆ ਤੂੰ ਵੀ ਉਹਦੇ ਵਿੱਚ ਹੈ ਸਾਰੇ ਹੀ ਤੇ ਉਹਨੇ ਕਹਿਤਾ ਵੱਖਰਾ ਕੋਈ ਨਹੀਂ ਅਨਲ ਹੱਕ ਮੈਂ ਰੱਬ ਤੇ ਪਿੱਟ ਸਿਆਪਾ ਪਾ ਲਿਆ ਕਿੰਨਾ ਨੇ ਪਾਇਆ ਪੁਜਾਰੀਆਂ ਨੇ ਤੇ ਤੁਸੀਂ ਜੇ YouTube ਦੇ ਉੱਤੇ ਘਰੇ ਜਾ ਕੇ ਵੇਖਿਓ ਵੀਡੀਓ ਵੀ ਕਈ ਆਉਣਗੀਆਂ ਇਤਿਹਾਸ ਆਏਗਾ ਬੜੇ ਲਖਾਰੀਆਂ ਨੇ ਮਨਸੂਰ ਦੀ ਗੱਲ ਕੀਤੀ ਹੈ ਲਖ ਲਿਖਿਆ ਕਹਿੰਦੇ ਮਨਸੂਰ ਨੂੰ ਉਸ ਵੇਲੇ ਦੀ ਕੱਟੜਵਾਦੀ ਸੋਚ ਨੇ ਪੁਜਾਰੀ ਢਾਂਚੇ ਨੇ ਰਾਜ ਸੀ ਇਸਲਾਮ ਦਾ ਉਸ ਵੇਲੇ ਕਹਿੰਦੇ ਇਹ ਆਪਣੇ ਆਪ ਨੂੰ ਰੱਬ ਕਹਿੰਦਾ ਪੱਤੇ ਨੇ ਆਪਣੇ ਆਪ ਨੂੰ ਦਰਖਤ ਕਹਿਤਾ ਹੁਣ ਇਹਦਾ ਮਤਲਬ ਇਹ ਤੇ ਨਹੀਂ ਵੀ ਮੈਂ ਸਾਰੇ ਫੈਸਲੇ ਕਰਾਂਗਾ ਹੁਣ ਇਹਦਾ ਮਤਲਬ ਇਹ ਹੈ ਵੀ ਹੁਣ ਤੁਸੀਂ ਮੈਨੂੰ ਮੱਥਾ ਟੇਕੋ ਮੈਨੂੰ ਪੂਜੋ ਇਹਦਾ ਅਰਥ ਇਹ ਥੋੜਾ ਹੈ ਇਹ ਤੇ ਇੱਕ ਸੋਚ ਹੈ ਜਿਹੜੀ ਹਰ ਇੱਕ ਦੇ ਵਿੱਚ ਹੋਣੀ ਚਾਹੀਦੀ ਹੈ ਵੀ ਰੱਬ ਬਣ ਕੇ ਵਿਚਰਨਾ ਸੀ ਰੱਬ ਦਾ ਰੂਪ ਮਨ ਤੂੰ ਜੋਤ ਸਰੂਪ ਹੈ ਆਪਣੇ ਆਪ ਨੂੰ ਕਹਿਣਾ ਹੈ ਮੇਰਿਆ ਮਨਾ ਤੂੰ ਜੋਤ ਸਰੂਪ ਹੈ ਤੂੰ ਉਹਦੀ ਅੰਸ਼ ਹੈ ਕਹੋ ਕਬੀਰ ਰਾਮ ਕੀ ਅੰਸ਼ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹਨੂੰ ਹਿੰਦੂ ਧਰਮ ਕਹਿੰਦਾ ਅਹੰ ਬ੍ਰਹਮਸਮੀ ਮੈਂ ਬ੍ਰਹਮ ਹਾਂ ਮੈਂ ਹੀ ਬ੍ਰਹਮ ਹਾਂ ਕਿਉਂਕਿ ਬ੍ਰਹਮ ਮੇਰੇ ਵਿੱਚ ਵੀ ਹੈ ਪਰ ਪੁਜਾਰੀ ਨੂੰ ਇਹ ਸੋਚ ਕਦੇ ਵਾਰਾ ਨਾ ਖਾਧੀ ਹੈ ਨਾ ਖਾਣੀ ਹੈ ਅਹੰ ਬ੍ਰਹਮਸਮੀ ਦੀ ਗੱਲ ਕਦੇ ਨਹੀਂ ਹੋ ਸਕਣੀ ਇਹਨਾਂ ਹੱਕ ਦੀ ਗੱਲ ਕਦੇ ਨਹੀਂ ਹੋ ਸਕਣੀ ਅਸੀਂ ਖੁਦ ਰੱਬ ਆ ਇਹ ਕਿਤੇ ਨਹੀਂ ਪੁਜਾਰੀ ਕੋਈ ਰੱਬ ਦੇ ਨਾਂ ਤੇ ਤੇ ਬਿਜ਼ਨਸ ਚੱਲਦਾ ਅਗਲੇ ਦਾ ਧੰਦਾ ਚੱਲਦਾ ਉਹਨੇ ਕਦੇ ਇਹ ਗੱਲ ਨਹੀਂ ਕਹਿਣ ਦੇਣੀ ਉਹਨੇ ਰੱਬ ਵੱਖਰਾ ਹੀ ਰੱਖਣਾ ਜੇ ਰੱਬ ਰੱਬ ਵੱਖਰਾ ਹੈ ਉਹਨੂੰ ਮਨਾਣਾ ਕਿੱਦਾਂ ਉਹਨੂੰ ਤਰਲੇ ਕਿਵੇਂ ਲੈਣੇ ਉਹ ਖੁਸ਼ ਕਿੱਦਾਂ ਹੁੰਦਾ ਫਿਰ ਅੱਗੇ ਮੈਂ ਉਹਦਾ ਪੀਏ ਆ ਰੱਬ ਦਾ ਮੈਨੂੰ ਪੁੱਛੋ ਮੈਂ ਦੱਸਾਂਗਾ ਇੱਥੇ ਪੰਗਾ ਪੈਂਦਾ ਸਾਰੇ ਦਾ ਸਾਰਾ ਧਿਆਨ ਨਾਲ ਸਮਝਿਓ ਪਿਆਰਿਓ ਗੱਲ ਪੁਜਾਰੀਆਂ ਨੇ ਉਸ ਵੇਲੇ ਦੇ ਢਾਂਚੇ ਕੋਲ ਸ਼ਿਕਾਇਤ ਹੁੰਦੀ ਹੈ 300 ਕੋਰੜਾ ਮਾਰਨ ਦੀ ਸਜ਼ਾ ਮਿਲਦੀ ਹੈ ਚੀਕਾਂ ਪੈਂਦੀਆਂ ਜਿਹੜੇ ਪਿਆਰ ਕਰਦੇ ਨੇ ਰੋਂਦੇ ਐ ਪਰ ਕਹਿੰਦੇ ਮਨਸੂਰ ਨਹੀਂ ਰੋਇਆ ਉਹ ਕਹਿੰਦਾ ਮੈਂ ਗਲਤ ਨਹੀਂ ਹਾਂ ਮੈਂ ਠੀਕ ਹਾਂ ਸੁਕਰਾਂਤ ਵਰਗਿਆਂ ਨੂੰ ਯੂਨਾਨ ਦੇ ਵਿੱਚ ਜ਼ਹਿਰ ਦੇ ਪਿਆਲੇ ਦਿੱਤੇ ਗਏ ਪਤਾ ਕਿਉਂ ਉਹ ਕਹਿੰਦਾ ਸੀ ਗਿਆਨ ਜਿਹੜਾ ਹੈ ਨਾ ਇਹਦੇ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ ਗਿਆਨ ਲੈਣਾ ਸਭ ਤੋਂ ਜ਼ਰੂਰੀ ਹੈ ਸੁਕਰਾਂਤ ਦਾ ਕਸੂਰ ਇਹ ਸੀ ਉਹ ਕਹਿੰਦਾ ਸੀ ਨੌਲੇਜ ਲੈ ਲੈ ਸਮਝ ਲੈ ਉਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ
ਤੇ ਜਦੋਂ ਉਹਨੂੰ ਜ਼ਹਿਰ ਦਿੱਤੀ ਗਈ ਉਹਨੂੰ ਕਿਹਾ ਕਹਿੰਦੇ ਤੂੰ ਐਡਾ ਵੱਡਾ ਫਕੀਰ ਹੈ ਤੂੰ ਮਰਦਾ ਕਿਉਂ ਆ ਕਹਿੰਦਾ ਮੈਂ ਕਹਿੰਦਾ ਮੇਰੇ ਵਾਲੀ ਹਿੰਮਤ ਆਵੇ ਲੋਕਾਂ ਦੇ ਵਿੱਚ ਮੈਂ ਹੱਸ ਕੇ ਮਰਨਾ ਚਾਹੁੰਦਾ ਤਾਂ ਜੋ ਮੇਰੇ ਵਰਗੇ ਹੋਰ ਪੈਦਾ ਹੋ ਸਕੇ ਮਨਸੂਰ ਨੂੰ ਕਹਿੰਦੇ 300 ਕੋਰੜੇ ਮਾਰਨ ਦਾ ਹੁਕਮ ਉਹਨੂੰ ਪਿਆਰ ਕਰਨ ਵਾਲੇ ਵੀ ਬੜੇ ਸੀ ਸੂਫੀ ਉਹਨੂੰ ਇੱਕ ਨੰਬਰ ਦਾ ਫਕੀਰ ਮੰਨਦੇ ਆ ਅੱਜ ਵੀ ਉਹਦਾ ਨਾਂ ਹੈ ਉਹ ਸਹੀ ਕਹਿੰਦਾ ਸੀ ਉਹ ਜਿਹੜੇ ਹੁਕਮ ਹੋਇਆ ਕਹਿੰਦੇ ਇਹਨੂੰ ਹਰ ਬੰਦੇ ਨੇ ਪੱਥਰ ਮਾਰਨੇ ਐਦਾਂ ਵੱਟੇ ਮਾਰਨੇ ਪੱਥਰ ਮਾਰਨੇ ਹਰੇਕ ਬੰਦਾ ਮਨਸੂਰ ਦੇ ਪੱਥਰ ਮਾਰਦਾ ਹੈ ਦੋ ਦੋ ਪੱਥਰ ਚਾਰ ਚਾਰ ਪੱਥਰ ਸਭ ਨੇ ਮਾਰਨੇ ਐ ਜਿਹੜਾ ਪੱਥਰ ਨਹੀਂ ਮਾਰੇਗਾ ਉਹਨੂੰ ਸਜ਼ਾ ਮਿਲੇਗੀ ਤੇ ਤੁਸੀਂ ਮੇਰੇ ਤੋਂ ਪਹਿਲਾਂ ਸੁਣਦੇ ਹੋ ਸੀ ਕਈ ਸਾਲ ਪਹਿਲਾਂ ਮੈਂ ਅੱਜ ਤੋਂ 8-10 ਸਾਲ ਪਹਿਲਾਂ ਸੁਣਾਉਂਦਾ ਰਿਹਾ ਮਨਸੂਰ ਦੀ ਗਾਥਾ ਤੇ ਉਹਦਾ ਇੱਕ ਯਾਰ ਸੀ ਸਿਵਲੀ ਹੁਣ ਸਿਵਲੀ ਜਾਣਦਾ ਹੈ ਸਿਵਲੀ ਨੂੰ ਪਤਾ ਵੀ ਮਨਸੂਰ ਸੱਚਾ ਹੈ ਤੇ ਸਰਕਾਰੀ ਢਾਂਚਾ ਝੂਠਾ ਹੈ ਪੁਜਾਰੀ ਜਿਹੜਾ ਹੈ ਝੂਠਾ ਹੈ ਮਨਸੂਰ ਸੱਚਾ ਇਹ ਬੰਦਾ ਗਲਤ ਨਹੀਂ ਕਹਿ ਰਿਹਾ ਸਹੀ ਕਹਿ ਰਿਹਾ ਹੁਣ ਉਹ ਵੀ ਸੂਫੀ ਸੰਤ ਹੈ ਮਨਸੂਰ ਵੀ ਸੂਫੀ ਸੰਤ ਹੈ ਹੈ ਦੋਵੇਂ ਇੱਕੋ ਜਿਹੇ ਨੌਲੇਜ ਵੀ ਦੋਨਾਂ ਨੂੰ ਹੈ ਪਰ ਇੱਕ ਦਾ ਮਨ ਤੇ ਦਹਿਲ ਪੈ ਗਿਆ ਇੱਕ ਕਹਿਮ ਹੈ ਇੱਕ ਡਰ ਗਿਆ ਇੱਕ ਨੇ ਡਰਿਆ ਪਤਾ ਦੋਨਾਂ ਨੂੰ ਇੱਕ ਘਬਰਾ ਗਿਆ ਇੱਕ ਕਹਿਮ ਹੈ ਹੁਣ ਸਿਵਲੀ ਮਨਸੂਰ ਦਾ ਯਾਰ ਹੈ ਪੱਕਾ ਪਰ ਪੰਗਾ ਉਦੋਂ ਪੈ ਗਿਆ ਜਦੋਂ ਪੱਥਰ ਮਾਰਨੇ ਪਏ ਉਹ ਕਹਿੰਦਾ ਯਾਰ ਬੰਦਾ ਸੱਚਾ ਹੈ ਸਾਰੇ ਪੱਥਰ ਮਾਰਦੇ ਐ ਉਹ ਕਹਿੰਦੇ ਮਾਰਨੇ ਤੇ ਤੈਨੂੰ ਵੀ ਪੈਣਗੇ ਜੇ ਮੈਂ ਨਾ ਮਾਰੇ ਤੇ ਮੈਨੂੰ ਸਜ਼ਾ ਮਿਲੇਗੀ ਤੇ ਕਹਿੰਦੇ ਨੇ ਸਿਵਲੀ ਕਹਿਣ ਲੱਗਾ ਲੋਕਾਂ ਵਾਂਗੂ ਮੈਂ ਵੀ ਭੀੜ 'ਚ ਜਾਊਂ ਲੋਕੀ ਪੱਥਰ ਮਾਰਨਗੇ ਮੈਂ ਦੋ ਫੁੱਲ ਲੈ ਜਾਂਦਾ ਮੈਂ ਫੁੱਲ ਮਾਰ ਦਿਆਂਗਾ ਭੀੜ 'ਚ ਕਿਹੜਾ ਪਤਾ ਲੱਗਣਾ ਵੀ ਕਿੰਨੇ ਫੁੱਲ ਮਾਰੇ ਤੇ ਕਿੰਨੇ ਪੱਥਰ ਮਾਰੇ ਭੀੜ 'ਚ ਕਿਹੜਾ ਪਤਾ ਲੱਗਦਾ ਕਹਿੰਦੇ ਉਹ ਭੀੜ ਦੇ ਵਿੱਚ ਗਿਆ ਤੇ ਮਨਸੂਰ ਦੀ ਨਿਗਾਹ ਉਹਦੇ ਵਿੱਚ ਹੀ ਸੀ ਉਹਨੇ ਨਹੀਂ ਲੋਕਾਂ ਦੇ ਪੱਥਰ ਵੱਜ ਰਹੇ ਐ ਉਹਨੂੰ ਨਹੀਂ ਉਹਨੇ ਵੇਖਿਆ ਵੀ ਇਹ ਤੇ ਜਾਣਦਾ ਹੈ ਨਾ ਇਹਨੂੰ ਤੇ ਪਤਾ ਸਾਰਾ ਹੀ ਇਹ ਤੇ ਅੱਜ ਬੋਲੇਗਾ ਇਹ ਨਹੀਂ ਪੱਥਰ ਮਾਰ ਸਕਦਾ ਇਹਨੂੰ ਪਤਾ ਮੈਂ ਸਹੀ ਹਾਂ ਮੈਂ ਗਲਤ ਨਹੀਂ ਇਹਨੂੰ ਪਤਾ ਪਰ ਉਹ ਡਰ ਚੁੱਕਿਆ ਭੀੜ ਚ ਆਇਆ ਐ ਫੁੱਲ ਮਾਰਦੇ ਵੀ ਭੀੜ 'ਚ ਕਿਹੜਾ ਪਤਾ ਲੱਗਣਾ ਤੇ ਮਨਸੂਰ ਨੇ ਤੇ ਚੀਕਾਂ ਮਾਰ ਦਿੱਤੀਆਂ ਰੋਣ ਲੱਗ ਪਿਆ ਉਹ ਕਹਿੰਦਾ ਤੂੰ ਰੋਇਆ ਕਿਉਂ ਇੰਨਾ ਦਰਦ ਕਿਉਂ ਮੰਨਿਆ ਇੰਨੇ ਪੱਥਰ ਖਾ ਰਿਹਾ ਇੰਨੇ ਕੋਰੜੇ ਖਾ ਰਿਹਾ ਮੇਰੇ ਵਾਰੀ ਇੰਨੀਆਂ ਚੀਕਾਂ ਕਿਉਂ ਮਾਰਦਾ ਕਹਿੰਦਾ ਇਹ ਅਣਜਾਣ ਹੈ ਤੂੰ ਜਾਣਦਾ ਹੈ ਤੂੰ ਮੇਰਾ ਯਾਰ ਹੈ ਤੈਨੂੰ ਪਤਾ ਹੈ ਇਹਨਾਂ ਨੂੰ ਤੇ ਪਤਾ ਨਹੀਂ ਹੈ ਤੇ ਅਣਜਾਣ ਲੋਕ ਹੈ ਇਹ ਤੇ ਭੋਲੇ ਹੈ ਪਰ ਤੂੰ ਭੋਲਾ ਥੋੜਾ ਹੈ ਤੂੰ ਤੇ ਸ਼ਾਤਰ ਬਣ ਗਿਆ ਇਹਨਾਂ ਨਾਲੋਂ ਵੱਧ ਖਤਰਨਾਕ ਬਣ ਗਿਆ ਤੈਨੂੰ ਤੇ ਸਭ ਪਤਾ ਤੂੰ ਜਾਣ ਕੇ ਕੀਤਾ ਹੈ ਸਾਰਾ ਕੁਛ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਮੈਂ ਪੜ੍ਹਦਾ ਹੁੰਦਾ ਸੀ ਉਦੋਂ ਜਦੋਂ ਬਾਬਾ ਹੁੰਦਾ ਸੀ ਤੇਰੇ ਫੁੱਲ ਓਏ ਸਿਵਲੀਆ ਯਾਰਾ ਤੇਰੇ ਫੁੱਲ ਓਏ ਸਿਵਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਫੁੱਲ ਓਏ ਸਿਵਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਫੁੱਲ ਓਏ ਸਿਵਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਤੇਰੇ ਫੁੱਲ ਓਏ ਸਿਵਲੀਆ ਯਾਰਾ ਤੇਰੇ ਫੁੱਲ ਸਿਵਲੀਆ ਯਾਰਾ ਚਿੱਕ
ਰੱਖ ਦੇ ਵਾਂਗ ਤਲਵਾਰਾਂ ਤੇਰੇ ਫੁੱਲ ਉਸੇ ਵਧੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾਂ ਲੱਗਦੇ ਵਾਂਗ ਤਲਵਾਰਾਂ ਲੱਗਦੇ ਵਾਂਗ ਤਲਵਾਰਾਂ ਤਿੱਖੇ ਲੱਗਦੇ ਵਾਂਗ ਲੱਗਦੇ ਵਾਂਗ ਤਲਵਾਰਾਂ ਤਿੱਖੇ ਲੱਗਦੇ ਵਾਂਗ ਤਲਵਾਰਾਂ ਫੁੱਲੋ ਸਿਵਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾਂ ਫੁੱਲੋ ਸਿਵਲੀਆ ਯਾਰਾ ਲੱਗਦੇ ਵਾਂਗ ਤਲਵਾਰਾਂ ਤੇਰੇ ਫੁੱਲੋ ਸਿਵਲੀਆ ਯਾਰਾ ਲੱਗਦੇ ਵਾਂਗ ਤਲਵਾਰਾਂ ਤੇਰੇ ਫੁੱਲ ਸਿਵਲੀਆ ਤਿੱਖੇ ਲੱਗਦੇ ਵਾਂਗ ਤਲਵਾਰ ਤੈਨੂੰ ਸਾਰਾ ਹੀ ਪਤਾ ਯਾਰਾ ਤਿੱਖੇ ਲੱਗਦੇ ਵਾਂਗ ਪਤਾ ਹੀ ਉਦੋਂ ਲੱਗਦਾ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਫਿਰ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਦੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਵਾਰ ਪਵੇ ਤਲਵਾਰਾਂ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਫਿਰ ਯਾਰੀ ਯਾਰਾਂ ਦੀ ਜਦੋਂ ਮਾਰ ਪਵੇ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰਸੀਆਂ ਦੇ ਬਣ ਬਣ ਕੱਟ ਜਾਂਦਾ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦਾ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਚੋਂ ਖੱਟ ਜਾਂਦਾ ਸੁਖ ਮਾਇਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੇ ਬਿਪਤ ਭਰੀ ਲਓ ਬੋਲ ਕੇ ਸਾਰਾ ਹੀ ਪੜ੍ਹ ਦਿਓ ਸਾਰਾ ਹੀ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਸੁਖ ਮਿਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ ਕਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਕੋਈ ਨੀ
ਕਹਿੰਦੇ ਸਿਵਲੀ ਨੇ ਫੁੱਲ ਮਾਰੇ ਤੇ ਮਨਸੂਰ ਰੋਇਆ ਕਹਿੰਦਾ ਤੈਨੂੰ ਤੇ ਪਤਾ ਸਾਰਾ ਬਾਕੀ ਤੇ ਅਣਜਾਣ ਹੈ ਕਹਿੰਦੇ ਫਿਰ ਸਿਵਲੀ ਨੂੰ ਮਨਸੂਰ ਨੂੰ ਜਦੋਂ ਉਹਦੀ ਧੌਣ ਲਾਈ ਨਾ ਸੂਲੀ ਚੜਾਈ ਦੀ ਗੱਲ ਕੀਤੀ ਪਰ ਬਹੁਤ ਵਿਦਵਾਨ ਕਹਿੰਦੇ ਕਤਲ ਕੀਤਾ ਉਹਦੇ ਪਹਿਲਾਂ ਪੈਰ ਕੱਟ ਦਿੱਤੇ ਗਏ ਜਦੋਂ ਉਹਦੇ ਪੈਰ ਕੱਟੇ ਗਏ ਫਿਰ ਗੋਡਿਆਂ ਤੋਂ ਕੱਟਿਆ ਗਿਆ ਬੜੇ ਲੋਕ ਵੇਖਦੇ ਸੀ ਹਾਹਾਕਾਰ ਮੱਚੀ ਪਈ ਸੀ ਪਰ ਅਨਲ ਹੱਕ ਕਹਿੰਦਾ ਮੈਂ ਰੱਬ ਹਾਂ ਮਤਲਬ ਉਹ ਨੁਕਤੇ ਨੂੰ ਉਹ ਥਿਊਰੀ ਨੂੰ ਸਮਝਦਾ ਹੈ ਤੇ ਜੇ ਆਪਾਂ ਸਾਰੇ ਅੱਜ ਇਹ ਕਹੀਏ ਵੀ ਅਸੀਂ ਰੱਬ ਹਾਂ ਤੇ ਇਹਦਾ ਮਤਲਬ ਰੱਬ ਦੇ ਕਰਨ ਵਾਲੇ ਸਾਰੇ ਕੰਮ ਕਿੰਨੇ ਕਰਨ ਕਿੰਨੂੰ ਕਰਨੇ ਪੈਣਗੇ ਪੈਂਡਿੰਗ ਪਏ ਸਾਰੇ ਕੰਮ ਹੋ ਨਹੀਂ ਜਾਣਗੇ ਫਿਰ ਆ ਜਿੰਨੇ ਬੱਚੇ ਕਹਿੰਦੇ ਆ ਨੰਬਰ ਚੰਗੇ ਆ ਜਾਣ ਫਿਰ ਆਪੇ ਲਿਆਉਣਗੇ ਆਈਲੈਟਸ ਕਲੀਅਰ ਹੋ ਜੇ ਫਿਰ ਆਪੇ ਬੋਲੋ ਕਰਨਗੇ ਕਿ ਨਹੀਂ ਜੇ ਪਤਾ ਲੱਗ ਗਿਆ ਵੀ ਇਹ ਅਨਲ ਹੱਕ ਹੈ ਫਿਰ ਇੰਡੀਆ ਸੋਹਣਾ ਬਣ ਸਕਦਾ ਕਿ ਨਹੀਂ ਬਣ ਸਕਦਾ ਕੌਣ ਬਣਾਊ ਫਿਰ ਅਨਲ ਹੱਕ ਆਪਾਂ ਹੀ ਆ ਫਿਰ ਵੱਖਰੀ ਕੋਈ ਹੈ ਹੀ ਨਹੀਂ ਬਣਾਉਣ ਵਾਲਾ ਬਣਾਉਣਾ ਤੇ ਅਸੀਂ ਬਣਾਉਣਾ ਇਹ ਤੇ ਚੀਜ਼ ਚੇਂਜ ਕਰ ਦੂੰ ਸਾਰਾ ਕੁਛ ਜ਼ਿੰਮੇਵਾਰੀ ਪਾ ਦੂੰ ਫਰਜ਼ ਪਛਾਣਾਂਗੇ ਫਿਰ ਇਹਦੇ ਨਾਲ ਤੇ ਸਵਰ ਸਕਦਾ ਸਾਰਾ ਕੁਛ ਹੁਣ ਕਹਿੰਦੇ ਆ ਕੋਈ ਹੋਰ ਕਰੇਗਾ ਅੱਡ ਕਰੇਗਾ ਕੋਈ ਕਹਿੰਦੇ ਜਦੋਂ ਉਹਦੀਆਂ ਪੈਰ ਕੱਟ ਦਿੱਤੇ ਗਏ ਤੇ ਖੂਨ ਦੇ ਫੁਹਾਰੇ ਚੱਲਦੇ ਆ ਉਜੂ ਕਰਦੇ ਆ ਜਿਹੜੇ ਇਸਲਾਮ ਜਿਵੇਂ ਆਪਾਂ ਪੰਜ ਇਸ਼ਨਾਨਾਂ ਨਹੀਂ ਕਰਦੇ ਆਪਾਂ ਹੱਥ ਧੋਨੇ ਆ ਮੂੰਹ ਧੋਨੇ ਆ ਕਹਿੰਦੇ ਜਦੋਂ ਪੈਰ ਕੱਟ ਦਿੱਤੇ ਗਏ ਤੇ ਉਹ ਜਦੋਂ ਲੱਗਾ ਨਾ ਕਰਨ ਨਮਾਜ਼ ਪੜ੍ਹਨ ਤੋਂ ਪਹਿਲਾਂ ਇਹ ਕਰਦੇ ਆ ਹੱਥ ਪੈਰ ਧੋਂਦੇ ਆ ਉਹਨੇ ਖੂਨ ਦੇ ਨਾਲ ਨਾ ਖੂਨ ਦੇ ਨਾਲ ਆਪਣਾ ਇਹਦਾ ਚਿਹਰੇ ਤੇ ਖੂਨ ਲਾਇਆ ਇਦਾਂ ਖੂਨ ਵਗਦਾ ਤੇ ਹੱਥਾਂ ਤੇ ਲਾਇਆ ਇੱਥੇ ਤੱਕ ਹੱਥ ਬਾਹਾਂ ਉਹ ਕਹਿੰਦੇ ਇਹ ਕੀ ਕਰਦਾ ਕਹਿੰਦਾ ਇਸ਼ਕ ਨਵਾਜ਼ ਹੋਣ ਲੱਗੀ ਅਸਲੀ ਨਵਾਜ਼ ਹੋਣ ਲੱਗੀ ਸੱਚੀ ਨਵਾਜ਼ ਹੋਣ ਲੱਗੀ ਅੱਜ ਤੱਕ ਤੇ ਕੱਚੀਆਂ ਨਵਾਜ਼ਾਂ ਕੀਤੀਆਂ ਸੀ ਆ ਹੋਣ ਲੱਗੀ ਅਸਲ ਇਹ ਤੇ ਆਪਣੇ ਖੂਨ 'ਚ ਹੀ ਕਰਨੀ ਪੈਂਦੀ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੇ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਆਪਣੇ ਲਹੂ ਚ ਜਿੰਨਾ ਆਪ ਲਾਈਆਂ ਤਾਰੇ ਇਹ ਹੈ ਕਹਿੰਦੇ ਇਹਦੇ ਕਰਨਾ ਹੀ ਪੈਣਾ ਨਾ ਇਦਾਂ ਹੀ ਹੋ ਫਿਰ ਕਹਿੰਦੇ ਬੋਲਣੋਂ ਨਹੀਂ ਬੰਦ ਹੁੰਦਾ ਫਿਰ ਉਹਦੀ ਜ਼ਬਾਨ ਕੱਟੀ ਫਿਰ ਹੱਥ ਕੱਟੇ ਫਿਰ ਗਰਦਨ ਕੱਟ ਦਿੱਤੀ ਪਰ ਸਿਵਲੀ ਵਰਗੇ ਸਿਵਲੀ ਵੀ ਰਹਿ ਗਏ ਮਨਸੂਰ ਅੱਜ ਵੀ ਮਨਸੂਰ ਹੈ 898 ਦੇ ਵਿੱਚ ਈਸਵੀ ਦਾ ਹੋਇਆ ਸਾ ਵੇਖੋ ਅੱਜ ਹਜ਼ਾਰ ਸਾਲ ਤੋਂ ਵੀ ਉੱਪਰ ਹੋ ਗਿਆ ਪਰ ਮਨਸੂਰ ਨੂੰ ਜਾਣਦੀ ਹੈ ਦੁਨੀਆ ਉਹਦੀ ਬਾਤ ਪਾ ਰਹੇ ਹਾਂ ਅਸੀਂ ਉਹਦੀ ਗੱਲ ਕਰਦੇ ਹਾਂ ਕਿਉਂਕਿ ਖੜਾ ਹੈ ਸੱਚ ਤੇ ਖੜਦਾ ਸੱਚੇ ਹੋਈ